ਜਸਵੰਤ ਸਿੰਘ ਕਵਲ ਜੀ ਦੁਆਰਾ ਲਿਖਿਆ ਨਾਵਲ ਪੁਰਨਮਾਸ਼ੀ ਭਾਗ 12 ਜਿੱਥੇ ਲਿਪਣੇ ਨਾ ਪੈਣ ਬਨੇਰੇ ਉਹ ਕਰ ਟੋਲੀ ਬਾਬਲਾ ਚੰਨੋ ਦੇ ਸਾਥ ਲਈ ਕਰਤਾਰਾ ਰੂਪ ਨੂੰ ਵੇਖਣ ਨਵੇਂ ਪਿੰਡ ਗਿਆ ਉੰਜ ਉਸ ਦੇ ਦਿਲ ਨੂੰ ਇੱਕ ਤਰ੍ਹਾਂ ਭਜਨੋ ਨੇ ਮਨਾ ਲਿਆ ਸੀ ਕਿ ਚੰਨੋ ਦਾ ਰਿਸ਼ਤਾ ਰੂਪ ਨੂੰ ਕਰ ਦੇਣਾ ਹੈ ਉਹ ਪੁੱਛ ਕੇ ਰੂਪ ਦੇ ਅਗਵਾੜ ਗਿਆ ਰੂਪ ਕਿਤੇ ਬਾਹਰ ਗਿਆ ਹੋਇਆ ਸੀ ਘਰੋਂ ਬਾਹਰ ਨਿਕਲੀ ਰਾਜੀ ਨੇ ਝੱਟ ਤਾੜ ਲਿਆ ਕਿ ਮੁੰਡਾ ਕਿਸ ਤਰ੍ਹਾਂ ਆਇਆ ਹੈ ਉਸ ਕਰਤਾਰੇ ਨੂੰ ਬਚਨੋਂ ਦੇ ਦਹਲਾਨ ਵਿੱਚ ਕੁਝ ਚਿਰ ੜਕਣ ਲਈ ਅੱਖਾਂ ਤੇ ਆਪਣੇ ਮੁੰਡੇ ਨੂੰ ਬਾਹਰੋਂ ਰੂਪ ਨੂੰ ਸੱਦਣ ਲਈ ਭੇਜ ਦਿੱਤਾ। ਰਾਜ ਦੀ ਨੂੰ ਰੂਪ ਦੇ ਮੰਗੇ ਜਾਣ ਦੀ ਖੁਸ਼ੀ ਨਾਲ ਲਾਗ ਦਾ ਲਾਲਚ ਵੀ ਉਤਸ਼ਾਹ ਦੇ ਰਿਹਾ ਸੀ। ਰੂਪ ਨੂੰ ਵੇਖਣ ਵਾਲਾ ਦਸੀ 15 ਦਿਨੀ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ ਜਿਸ ਨੂੰ ਰੂਪ ਰੱਦ ਕਰ ਦਿੰਦਾ ਜਾਂ ਫਿਰ ਪਰਖਣ ਵਾਲਾ ਛੱਡੀ ਵੋਟੀ ਦੇ ਨੁਕਸ ਕਰਕੇ ਤਿਲਕ ਜਾਂਦਾ ਸੀ। ਰਾਜੀ ਨੇ ਇਸ਼ਾਰੇ ਨਾਲ ਹੀ ਬਚਨੋਂ ਨੂੰ ਸਭ ਕੁਝ ਸਮਝਾ ਦਿੱਤਾ। ਉਸ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਪਾਣੀ ਧਾਣੀ ਪੁੱਛਿਆ। ਪਾਈ ਲੱਸੀ ਪਾਣੀ ਦੀ ਦੇਹ ਗੱਲ ਤੇ ਆਇਆ ਹੋਏਗਾ ਮੈਂ ਪਾਈ ਲੱਸੀ ਪੀਣੀ ਹੈ ਥੋੜਾ ਲੂਣ ਵੀ ਖੋਰ ਲਿਆਉਣਾ ਬੱਚ ਨੂੰ ਅੰਦਰ ਲੱਸੀ ਲੈਣ ਗਈ ਉਹ ਸੋਚ ਰਹੀ ਸੀ ਇਸ ਨਾਲ ਕਿਵੇਂ ਗੱਲ ਕਰਾਂ ਉਹ ਰੂਪ ਦੀ ਸਹੇਲੀ ਜ਼ਰੂਰ ਸੀ ਪਰ ਉਸ ਨੂੰ ਲੱਗਦੀ ਵਾਸਾ ਕੋ ਹੋਰ ਦੇਣਾ ਨਹੀਂ ਸੀ ਚਾਹੁੰਦੀ ਰੂਪ ਨੂੰ ਉਸ ਦੀ ਅੰਤਰੀਵ ਚਾਲ ਦਾ ਓਕਾ ਹੀ ਪਤਾ ਨਹੀਂ ਸੀ ਉਹ ਆਉਣ ਵਾਲੀ ਵੋਟੀ ਨੂੰ ਸ਼ਰੀਕਣੀ ਹੀ ਨਹੀਂ ਸਗੋ ਸੋਕਣ ਵੀ ਸਮਝਦੀ ਸੀ ਉਸ ਰਿੜਕਣੇ ਤੋਂ ਬਠਲੀ ਚੁੱਕ ਕੇ ਲੱਸੀ ਹਲਾਈ ਤੇ ਛੰਨੇ ਚ ਲੂਣ ਦੀ ਡਲੀ ਰੱਖ ਕੇ ਰਿੜਕਣ ਉਲਦਿਆ ਬਚਨੋ ਨੇ ਕਰਤਾਰੇ ਦੇ ਹੱਥ ਧੁਵਾ ਕੇ ਲੱਸੀ ਵਾਲਾ ਛੰਨਾ ਲਿਆ ਫੜਾਇਆ ਉਹਨੇ ਲੱਸੀ ਪੀ ਕੇ ਛੰਨਾ ਸਹਜ ਸੁਭਾ ਨਾਲ ਪੁੰਜੇ ਰੱਖ ਦਿੱਤਾ ਭਾਈ ਭੁੱਖਾਂ ਧੰਨ ਪਾਣੀ ਤਿਆਰ ਪਿਆਏ ਨਹੀਂ ਜੀ ਰੋਟੀ ਦੀ ਤਾਂ ਕੀ ਲੋੜ ਹੀ ਨਹੀਂ ਬਚਨੋ ਨੇ ਸੋਚ-ਸੋਚ ਕੇ ਪੁੱਛਿਆ ਬੀਬਾ ਆਪਣਾ ਘਰ ਕਿੱਥੇ ਆ ਕਪੂਰੀ ਕਪੂਰਿਆਂ ਦਾ ਨਾਂ ਸੁਣ ਕੇ ਬਚਨੋਂ ਦੇ ਸਿਰ ਪੱਥਰ ਵੱਜਾ ਇਹ ਤਾਂ ਕੋਈ ਗੱਲ ਐ ਉਸ ਆਪਣੇ ਆਪ ਸਿਰ ਹਿਲਾਉਂਦਿਆਂ ਮਨ ਚ ਕਿਹਾ ਰੂਪ ਦਾ ਮੁੜ ਮੁੜ ਕੇ ਪੂਰੀ ਜਾਣਾ ਜ਼ਮੀਨ ਲਿਖਾਉਣੀ ਤੇ ਇਹਦਾ ਰੂਪ ਨੂੰ ਦੇਖਣ ਆਉਣਾ ਅੰਦਰੇ ਅੰਦਰ ਕੋਈ ਕਾਰਾ ਜ਼ਰੂਰ ਹੋਣ ਵਾਲਾ ਹੈ ਹੋ ਨਾ ਹੋ ਕੋਈ ਗੋਂਦ ਜ਼ਰੂਰ ਗੁੰਦੀ ਗਈ ਹੈ ਭਲਾ ਫੋਲਾ ਤਾਂ ਸਹੀ ਇਸ ਨੂੰ ਸੰਤੀ ਤੁਹਾਨੂੰ ਸ਼੍ਰੀਕੇ ਕਬੀਲੇ ਚੋਈ ਹੈ ਹਾਂ ਘਰ ਵੀ ਲਾ ਗਈ ਐ ਕਰਤਾਰੇ ਨੇ ਮੁੜ ਕੇ ਉਲਟਾ ਕੇ ਪੁੱਛਿਆ ਭਾਈ ਰੂਪ ਨੇ ਪਹਿਲੀ ਤੋਂ ਕਾ ਤੂੰ ਛੱਡਿਆ ਸੀ ਸ਼ਰੀਕੇ ਦੀ ਗੱਲ ਭਾਈ ਕੋਈ ਕੀ ਕਰ ਸਕਦਾ ਉਹ ਸਿਆਣੀ ਤਾਂ ਬਥੇਰੀ ਸੀ ਪਰ ਘਰੇ ਕਲੇਸ਼ ਰਹਿੰਦਾ ਸੀ ਰੂਪ ਵੈਲੀਆਂ ਚ ਬਹਿ ਸ਼ਰਾਬ ਪੀਣੋਂ ਨਹੀਂ ਹਟਦਾ ਸੀ ਉਹ ਰੋਕਦੀ ਤਾਂ ਝਗੜਾ ਹੋ ਜਾਂਦਾ ਬਚਨੋਂ ਨੇ ਬੜੇ ਸਿਆਣੇ ਢੰਗ ਨਾਲ ਕਰਤਾਰੇ ਦੀ ਹਮਦਰਦੀ ਵਿੱਚ ਰੂਪ ਦਾ ਸ਼ਰਾਬੀ ਤੇ ਵੈਲੀ ਹੋਣਾ ਜ਼ਾਹਰ ਕਰ ਦਿੱਤਾ ਰੂਪ ਨੂੰ ਉਸ ਦੀ ਘਰ ਵਾਲੀ ਤੋਂ ਅਕਲ 'ਚ ਵੀ ਛੁਟਿਆ ਦਿੱਤਾ ਸੀ ਕਰਤਾਰੇ ਉੱਤੇ ਉਸ ਦੇ ਕੱਡੇ ਦੋਹਾਂ ਦਾ ਕੋਈ ਨੁਕਸ ਦਾ ਖਾਸ ਅਸਰ ਨਾ ਹੋਇਆ ਉਹ ਆਪ ਸ਼ਰਾਬ ਪੀ ਲੈਂਦਾ ਸੀ ਸ਼ਰਾਬ ਪੀਣ ਨੂੰ ਕੋਈ ਕਿਵੇਂ ਆਪ ਸਮਝਦਾ ਬੋਤੀ ਵਾਰ ਆਪਣਾ ਐਬ ਬਗਾਨੇ ਦੇ ਗੁਣਾ ਤੋਂ ਭਾਰੂ ਹੁੰਦੇ ਹਨ ਦੂਜੇ ਉਸ ਨੂੰ ਸਮਝਿਆ ਕਿ ਹਰ ਅਣਖ ਵਾਲੇ ਮੁੰਡੇ ਨੂੰ ਲੋਕ ਵੈਲੀ ਕਹਿਣ ਲੱਗ ਪੈਂਦੇ ਹਨ ਕਰਤਾਰਾ ਵੱਧ ਤੋਂ ਵੱਧ ਆਪਣੀ ਉਮਰ ਤੇ ਕੁਦਰਤੀ ਅਕਲ ਜਿੰਨਾ ਹੀ ਸੋਚ ਸਕਦਾ ਸੀ ਹਾਲੇ ਮਨੁੱਖ ਘੱਟ ਤੇ ਮੁੰਡਾ ਬਹੁਤਾ ਸੀ ਉਹ ਫਿਰ ਜ਼ਮੀਨ ਬਾਰੇ ਪੁੱਛਿਆ ਅਸਲ ਜ਼ਮੀਨ ਕਿੰਨੀ ਕੁਆ ਅੱਠ ਘਰ ਦੀ ਤੇ 3 ਕੁਮਾ ਗਹਿਣੇ ਦੀ ਹੈ ਬਚਨੋ ਨੇ ਅਸਲ ਜ਼ਮੀਨ ਨਾਲੋਂ ਵੀ ਘਟਾ ਕੇ ਦੱਸੀ ਤੁਹਾਡੇ ਪਿੰਡ ਦੀ ਤਾਂ ਇੰਨੀ ਜ਼ਮੀਨ ਹੀ ਬਥੇਰੀ ਹੈ ਬਚਨੋ ਵਿੱਚੋਂ ਵਿੱਚ ਸੜ ਗਈ ਉਸ ਨੂੰ ਦਿਲ ਦਾ ਧਾੜਕੂ ਖਾ ਰਿਹਾ ਸੀ ਕਿ ਇਹ ਮੁੰਡਾ ਜਾ ਸਾਖ ਜ਼ਰੂਰ ਕਰ ਜਾਏਗਾ ਫਿਰ ਉਹਨੇ ਉਹਦੇ ਕਣਕਵੰਨੇ ਰੰਗ ਤੋਂ ਉਸਦੀ ਭੈਣ ਦੇ ਸੋਪਣ ਦਾ ਅਨੁਮਾਨ ਲਗਾਇਆ ਕਿ ਜ਼ਰੂਰ ਸੋਹਣੀ ਹੋਏਗੀ ਉਸ ਨੱਖੀ ਵੋਟੀ ਵੀ ਰੂਪ ਦੇ ਘਰ ਨਹੀਂ ਸੀ ਸਹਾਰ ਸਕਦੀ ਉਸ ਨੂੰ ਕੁਝ ਨਹੀਂ ਹੋ ਰਿਹਾ ਸੀ ਜਿਵੇਂ ਆਪਣੀਆਂ ਸਾਰੀਆਂ ਚਲਾਕੀਆਂ ਤੇ ਥੁੱਕਰੀ ਹੋਵੇ ਇਹ ਅਹਿਸਾਸ ਕਿ ਸਾਖ ਜਰੂਰ ਹੋ ਜਾਣਾ ਹੈ ਤੇ ਰੂਪ ਮੇਰੇ ਹੱਥੋਂ ਖus ਜਾਣਾ ਉਸ ਨੂੰ ਬੋਹਰਾ ਕਰੀ ਜਾ ਰਿਹਾ ਸੀ ਅਜਹੀ ਹਾਲਤ ਵਿੱਚ ਕੋਈ ਚੱਜ ਦੀ ਗੱਲ ਸੁਝ ਵੀ ਕਿਸ ਤਰ੍ਹਾਂ ਸਕਦੀ ਹੈ ਐਨੇ ਨੂੰ ਰਾਜੀ ਨੇ ਆ ਕੇ ਸੁਨੇਹਾ ਦਿੱਤਾ ਕਿ ਰੂਪ ਆ ਗਿਆ ਹੈ ਕਰਤਾਰਾ ਮਰਾਸਣ ਦੇ ਨਾਲ ਰੂਪ ਦੇ ਘਰ ਆ ਗਿਆ ਤੇ ਉਸ ਨੂੰ ਸੱਸਤਰੀ ਕਾਲ ਬੁਲਾਈ ਮਰਾਸਣ ਨੇ ਰੂਪ ਨੂੰ ਅਸੀਸ ਦਿੱਤੀ ਤੇ ਕਰਤਾਰੇ ਨੂੰ ਆਖਿਆ ਕਾਕਾ ਤੇਰੀ ਭੈਣ ਰਾਜ ਕਰੂ ਰਾਜ ਐਨਾ ਚੰਗਾ ਘਰ ਤੇ ਰੂਪ ਵਰਗਾ ਨਿੱਗਾ ਸੁਭਾਅ ਪਾਲਿਆ ਨਹੀਂ ਲੱਭਣਾ ਦੇਖੋ ਮਾਈ ਸੰਜੋਗਾ ਦੀਆਂ ਗੱਲਾਂ ਨੇ ਕਰਤਾਰੇ ਨੇ ਦਹਲਾਨ ਦੇ ਕੇ ਖੁਸ਼ ਹੁੰਦਿਆਂ ਕਿਹਾ ਉਸ ਨੂੰ ਰੂਪ ਦੀ ਸਿਹਤ ਤੇ ਹੁਸਨ ਜਵਾਨੀ ਨੇ ਹੋਰ ਸਾਰੀਆਂ ਸੋਚਾਂ ਖੂਚ ਸੁੱਟ ਕੇ ਸਾਖ ਕਰ ਦੇਣ ਲਈ ਤਿਆਰ ਕਰ ਦਿੱਤਾ ਰੂਪ ਨੇ ਦਹਲਾਨ ਵਿੱਚ ਹੀ ਮੰਜੇ ਢਾ ਦਿੱਤੇ ਠੰਡਿਆਈ ਪੀਣੀ ਹੈ ਕਿ ਦੁੱਧ ਬਸ ਹੁਣੇ ਲੱਸੀ ਪੀਤੀ ਹੈ ਅੱਛਾ ਠਹਿਰ ਕੇ ਸਹੀ ਗਰਮੀ ਬੜੀ ਹੈ ਪਿੰਡੇ ਪਾਣੀ ਨਾ ਪਾ ਲਈਏ ਹਾਂ ਨਾ ਤਾਂ ਲੈਨੇ ਆ ਕਰਤਾਰੇ ਨੇ ਸੰਗ ਤੋੜਦਿਆਂ ਕਿਹਾ ਰਾਜੀ ਉਧਰੋਂ ਜ਼ਗੀਰ ਨੂੰ ਕੱਲੀ ਹੁਣੇ ਭੇਜਦੀਆਂ ਜਜਮਾਨ ਉਹ ਚਲੀ ਗਈ ਘਰ ਵਿੱਚ ਖੂਹ ਤੇ ਸਾਹਮਣੇ ਸਵਾਤ ਵੇਖ ਕੇ ਕਰਤਾਰੇ ਦਾ ਅੰਦਰ ਖੁਸ਼ ਨਾਜ਼ ਪਹਾਰ ਆ ਗਿਆ ਉਸਨੇ ਸੋਚਿਆ ਕਿ ਚੰਨੋ ਨੂੰ ਪਾਣੀ ਬਾਹਰੋਂ ਕਿਸੇ ਖੂਹ ਤੋਂ ਨਹੀਂ ਢੋਣਾ ਪਏਗਾ ਦਲਾਨ ਤੇ ਸਵਾਤ ਪੱਕੀਆਂ ਹਨ ਬੋਤਾ ਮਿੱਟੀ ਗਾਰੇ ਦਾ ਘੋਲ ਵੀ ਨਹੀਂ ਕਰਨਾ ਪਏਗਾ ਉਸ ਦਿਲ 'ਚ ਫੈਸਲਾ ਕਰ ਲਿਆ ਕਿ ਕਿਸੇ ਤਰ੍ਹਾਂ ਪੁੱਛ ਗਿਛ ਵੀ ਨਹੀਂ ਕਰਨੀ ਨਹਾਉਂਦਿਆਂ ਕਰਦਿਆਂ ਨੂੰ ਜਗੀਰ ਆ ਗਿਆ ਉਹ ਵੀ ਕਰਤਾਰੇ ਨੂੰ ਸਤਿ ਸ਼੍ਰੀ ਅਕਾਲ ਆ ਆਖੀ ਰੂਪ ਨੇ ਅੱਖ ਦਵਾ ਕੇ ਸਾਰਾ ਮਾਮਲਾ ਸਮਝਾਤਾ ਜਗੀਰ ਸਾਰੀ ਗੱਲ ਭਾਂਪ ਗਿਆ ਤੇ ਉਹ ਘਰ ਮੁੜਦਿਆਂ ਕਿਹਾ ਮੈਂ ਰੋਟੀ ਨੂੰ ਕਹਾਂ ਆਵਾਂ ਰੂਪ ਤੇ ਕਰਤਾਰਾ ਇਸ਼ਨਾਨ ਕਰਕੇ ਮੰਝਿਆਂ ਤੇ ਆ ਪਏ ਰੂਪ ਨੇ ਗੱਲ ਤੋੜਦਿਆਂ ਆਖਿਆ ਤੁਸੀਂ ਹਰ ਤਰ੍ਹਾਂ ਨਾਲ ਆਪਣੀ ਤਸੱਲੀ ਕਰ ਲਓ ਜਿੰਨੂ ਵੀ ਚਾਹੋ ਪਿੰਡ ਚੋਂ ਪੁੱਛ ਲਓ ਨਹੀਂ ਨਹੀਂ ਬਾਈ ਮੈਂ ਨਹੀਂ ਪੁੱਛਣਾ ਮੈਂ ਤੈਨੂੰ ਵੇਖਣਾ ਸੀ ਸਭ ਕੁਝ ਮੇਰੇ ਪਸੰਦ ਹੈ ਨਹੀਂ ਫੇਰ ਵੀ ਤਸੱਲੀ ਕਰਨੀ ਚੰਗੀ ਹੁੰਦੀ ਹੈ ਭੂਆ ਸੰਤੀ ਤੋਂ ਸਾਡਾ ਇੱਥੇ ਕੋਈ ਬਹੁਤਾ ਦਰਦ ਹੀ ਨਹੀਂ ਉਦੇ ਕੋਲੋਂ ਕੋਈ ਓਲੇ ਵਾਲੀ ਗੱਲ ਹੀ ਨਹੀਂ ਭੂਆ ਦੀ ਦੋ ਚੋਂ ਦਿਨਾਂ ਤੱਕ ਰੁਪਈਆ ਲੈ ਆਏਗੀ ਜਿਵੇਂ ਤੁਹਾਡੀ ਸਲਾਹ ਹੋਈ ਕਰ ਲੈਣਾ ਰੂਪ ਦਾ ਸਾਰਾ ਅੰਦਰ ਪ੍ਰਸੰਨਤਾ ਵਿੱਚ ਪੰਗਰ ਕੇ ਸ਼ਹਿਦ ਬਣ ਗਿਆ ਉਸ ਦੇ ਅਨੁਭਵ ਵਿੱਚ ਚੰਨੋ ਉਸ ਦੀ ਰਾਣੀ ਬਣ ਗਈ ਸੀ ਤੇ ਉਸ ਦੇ ਉਜੜੇ ਘਰ ਨੂੰ ਮੁੜ ਭਾਗ ਲੱਗ ਗਏ ਸਨ ਪਾਸਾ ਪਰਤ ਕੇ ਉਸਨੇ ਆਪਣੇ ਦਿਲ ਦੀ ਟੜਕ ਦੀ ਖੁਸ਼ੀ ਨੂੰ ਦਬਾ ਲਿਆ ਦਲਾਨ ਵਿੱਚ ਬੋਤਾਂ ਇੱਕ ਖੁੰਝੇ ਗੱਡੇ ਨਾਲ ਖੜਾ ਵੇਖ ਕੇ ਕਰਤਾਰੇ ਨੇ ਪੁੱਛਿਆ ਵਾਹੀ ਵੀ ਕੀਤੀ ਹੈ ਰੂਪ हां मैं बारो सीरी दे ਹਲ ਕੋਲੋਂ ਹੀ ਆਇਆ ਦਾਣੇ ਚੰਗੇ ਹੋਗੇ ਸੀ ਐਤਕੀ ਹੋਗੇ ਸੀ 500 ਮਣ ਕੱਚੇ ਕਣਕ ਨਾਲੋਂ ਛੋਲਿਆਂ ਦਾ ਝਾੜ ਬਹੁਤਾ ਸੀ ਮੀਂਹ ਦੀ ਸਰਵਤਨ ਕਰਕੇ ਛੋਲੇ ਐਤਕੀ ਹੋਈ ਬੋਤੇ ਤੁਹਾਡਾ ਕੀ ਚੱਜ ਰਿਹਾ ਰੂਪਨੇ ਕਰਤਾਰੇ ਤੋਂ ਪੁੱਛਿਆ ਚੰਗਾ ਸੀ ਸਾਡੇ ਥੋੜੇ ਵਾਂਗ ਨਹਿਰ ਨਹੀਂ ਪੈਂਦੀ ਪਰ ਮਾਰੂ ਫਸਲ ਚੰਗੀ ਲੱਗ ਗਈ ਜ਼ਗੀਰ ਨੇ ਆਉਂਦਿਆਂ ਹੀ ਕਿਹਾ ਕਿਉਂ ਬਾਈ ਕੁਝ ਖਾਣ ਪੀਣ ਦਾ ਸੋਦਾ ਪੱਤਾ ਹੁਣੇ ਤੇ ਦੁਪਹਿਰ ਐ ਆਥਣੇ ਸਹੀ ਰੂਪਨੇ ਮੁਸਕਾ ਕੇ ਜ਼ਗੀਰ ਨੂੰ ਸਮਝਾਉਂਦਿਆਂ ਉੱਤਰ ਦਿੱਤਾ ਫਿਰ ਤਾਂ ਰੋਟੀ ਤਿਆਰੀ ਸਮਝੋ ਇੱਥੇ ਖਾਣੀ ਹੈ ਕਿ ਉੱਥੇ ਇੱਥੇ ਹੀ ਚੁੱਕ ਲਿਆਈ ਥੋੜੀਆਂ ਬਹੁਤੀਆਂ ਇੱਧਰ ਉੱਧਰ ਦੀਆਂ ਗੱਲਾਂ ਮਾਰਦਿਆਂ ਨੂੰ ਰੋਟੀ ਆ ਗਈ ਤਿੰਨਾ ਇੱਕੋ ਥਾਲੀ 'ਚ ਰੋਟੀ ਖਾਦੀ ਤੇ ਰੋਟੀ ਖਾਂਦਿਆਂ ਕਰਤਾਰੇ ਨੂੰ ਜ਼ਗੀਰ ਤੇ ਰੂਪ ਦੀ ਯਾਰੀ 'ਚ ਸਵਾਦ ਆ ਰਿਹਾ ਸੀ ਉਹ ਵੀ ਇਹਨਾਂ ਦਾ ਜੁੱਟ ਬਣਨਾ ਚਾਹੁੰਦਾ ਸੀ ਉਹਨੇ ਅੱਖਾਂ 'ਚ ਯਾਰਾਂ ਦੀ ਯਾਰੀ ਦੀ ਮਸਤੀ ਆ ਗਈ ਰੋਟੀ ਖਾ ਕੇ ਉਹ ਫਿਰ ਗਏ ਤੇ ਕਾਕਾ ਜੈਲੋ ਤੇ ਕਈ ਹੋਰ ਮੁੰਡੇ ਆ ਗਏ ਸਾਰਿਆਂ ਦੁਪਹਿਰਾ ਟਿਕਿਆ ਵੇਖ ਕੇ ਰੂਪ ਨੂੰ ਕੋਈ ਕਿੱਸਾ ਸੁਣਾਉਣ ਲਈ ਆਖਿਆ ਰੂਪ ਨੇ ਨਾ ਨੁੱਕਰ ਕੀਤੀ ਪਰ ਜੈਲੋ ਅੰਦਰੋਂ ਸਵਾਤ ਵਿੱਚੋਂ ਵਾਰਸ ਦੀ ਹੀਰ ਚੁੱਕ ਲਿਆ ਤੇ ਰੂਪ ਨੂੰ ਫੜਾਉਂਦੇ ਆਖਿਆ ਹੁਣ ਨਖਰੇ ਨਾ ਕਰ ਬੋ ਤੇ ਤੈਨੂੰ ਹੀ ਹੀਰ ਪੜਨੀ ਆਉਂਦੀ ਸਹੀ ਠੀਕ ਹੈ ਠੀਕ ਹੈ ਜੇਠ ਦਾ ਦੁਪਹਿਰਾ ਤਾਂ ਦੋ ਤਿੰਨ ਵਾਰੀ ਸੁੱਤਿਆਂ ਵੀ ਨਹੀਂ ਲੰਘਦਾ ਜਗੀਰ ਨੇ ਹੋਰ ਜ਼ੋਰ ਪਾਉਂਦਿਆਂ ਕਿਹਾ ਮਜਬੂਰ ਹੋਏ ਰੂਪ ਨੂੰ ਮੰਨਣਾ ਪਿਆ ਤੇ ਉਹਨੇ ਦੋ ਤਿੰਨ ਵਾਰੀ ਖੰਗ ਕੇ ਪੁੱਛਿਆ ਦੱਸ ਫਿਰ ਕਿੱਥੋਂ ਸੁਣਾਵਾਂ ਜਿੱਥੋਂ ਤੇਰਾ ਜੀ ਚਾਹੇ ਜੀ ਤਾਂ ਤੁਹਾਡਾ ਚੰਦ ਹੈ ਚੰਗਾ ਜਿੱਥੋਂ ਵੀ ਨਿਕਲਦੀ ਹੈ ਸ਼ੁਰੂ ਕਰ ਹੀਰ ਖੋਲਦਿਆਂ ਰੂਪ ਨੇ ਸਮਝਾਇਆ ਹੀਰ ਨੂੰ ਮਾਈਏ ਪਾਉਣ ਦੀ ਤਿਆਰੀ ਹੁੰਦੀ ਹੈ ਤੇ ਕੁੜੀਆਂ ਰਾਂਝੇ ਕੋਲ ਹੋ ਕੇ ਹੀਰ ਨੂੰ ਕਹਿੰਦੀਆਂ ਨੇ ਰਲ ਹੀਰ ਤੇ ਆਈਆਂ ਫੇਰ ਸੱਬੇ ਰਾਂਝੇ ਯਾਰ ਤੇਰੇ ਸਾਨੂੰ ਕੱਲ੍ਹ ਆਈ ਸੋਟਾ ਵੰਝਲੀ ਕਮਲੀ ਸੁੱਟ ਕੇ ਤੇ ਉਠ ਵੱਤ ਹਜ਼ਾਰੇ ਨੂੰ ਚੱਲ ਆਈ ਹੀਰੀ ਆਖਿਆ ਉਸ ਕੁੜੀ ਕਰਕੇ ਬੁੱਕਲ ਚ ਲੁਕਾ ਕੇ ਲਿਆਇਆ ਜੇ ਮੇਰੀ ਮਾਂ ਤੇ ਬਾਪ ਤੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ ਸੁਣਾਇਆ ਜੇ ਆਮੋ ਸਾਹਮਣੇ ਬੈਠ ਕੇ ਕਰੇ ਗੱਲਾਂ ਤੁਸੀਂ ਮਨਸਫੀ ਨਾਲ ਮੁਖਾਇਆ ਜੇ ਜਿਹੜੇ ਹੋਣ ਸੱਚੇ ਸੋਈ ਜਿੱਤ ਜਾਵਣ ਰਲ ਝੂਠਿਆਂ ਨੂੰ ਡੰਨ ਲਾਇਆ ਜੇ ਅੰਤ ਨੇ ਜੱਟੀ ਦੇ ਸਦਕਾ ਜ਼ਗੀਰ ਨੇ ਵਿੱਚੋਂ ਦਾਤ ਦਿੱਤੀ ਅਤਲੀਆਂ ਰਾਂਜੇ ਨੂੰ ਕੁੜੀ ਬਣਾ ਕੇ ਹੀਰ ਕੋਲ ਲਿਆਉਂਦੀਆਂ ਨੇ ਰੂਪ ਨੇ ਪ੍ਰਕਰਣ ਸਮਝਾਇਆ ਰਾਤੀ ਵਿੱਚ ਲੁਕਾਏ ਕੇ ਮਾਈੜੇ ਨੂੰ ਕੁੜੀਆਂ ਹੀਰ ਦੇ ਕੋਲ ਲੈ ਆਈਆਂ ਨੇ ਹੀਰ ਆਵਦੇ ਨੂੰ ਕਿਹਾ ਬਿਸਮਿਲਲਾ ਅੱਜ ਦੌਲਤਾਂ ਫੇਰ ਘਰ ਆਈਆਂ ਨੇ ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਵੇਖਣ ਆਏ ਹਾਂ ਮਾਈਏ ਨੀ ਸੂਰਜ ਚੜੇਗਾ ਮਗਰਬੋਂ ਰੋਜ਼ ਕਿਆਮਤ ਤੋਬਾ ਤਰਕ ਕਰ ਕੁਲ ਬੁਰਾਈਆਂ ਨੇ ਵਾਰਿਸ ਸ਼ਾਹ ਨੂੰ ਸੌਪੀਏ ਰੱਬ ਵੱਲੋਂ ਸਾਨੂੰ ਛੱਡ ਕੇ ਹੋਰ ਦੇ ਲਾਈਆਂ ਨੇ ਵਾਰਿਸ ਦੇ ਕੜਕ ਦੀ ਧੁੱਪ ਵਰਗੇ ਬੋਲ ਪੰਜਾਬਣ ਜੱਟੀ ਕੁੜੀ ਨੂੰ ਬਿਆਨ ਕਰ ਰਹੇ ਸਨ ਉਸ ਦਾ ਪਿਆਰ ਪੰਜਾਬ ਦੀ ਅਮਰ ਕਹਾਣੀ ਹੈ ਉਸ ਦੇ ਸਦਕ ਵਫਾ ਤੇ ਕੁਰਬਾਨੀ ਨੇ ਨਵੀਂ ਗਬਰੋਟ ਟਾਣੀ ਨੂੰ ਜ਼ਿੰਦਗੀ ਜਿਉਣ ਲਈ ਕਿੰਨਾ ਜਿਗਰਾ ਦਿੱਤਾ ਦਲਾਨ ਵਿੱਚ ਬੈਠੀਆਂ ਜਵਾਨੀਆਂ ਦਰਦ ਵਿਛੋੜਾ ਜਰ ਸਕਣ ਲਈ ਮਨ ਬਣਾ ਰਹੀਆਂ ਸਨ ਕਾਵ ਹੂਕਾਂ ਦਿਲ ਦਿਮਾਗ ਤੇ ਲਹੂ ਨੂੰ ਉਬਾਲੇ ਦੇ ਰਹੀਆਂ ਸਨ ਜਿਨ੍ਹਾਂ ਨਾਲ ਸਮਾਜ ਦੀਆਂ ਲੋਕ ਕੜੀਆਂ ਨੂੰ ਕਦੇ ਵੀ ਪੰਗਲਾਇਆ ਜਾ ਸਕਦਾ ਸੀ ਉਸ ਤੋਂ ਪਿੱਛੋਂ ਹੀ ਜ਼ਿੰਦਗੀ ਆਪਣੇ ਕੁਦਰਤੀ ਜਜ਼ਬਾਤ ਨਾਲ ਖੇੜਾ ਖੇੜਾ ਹੋ ਸਕਦੀ ਹੈ ਹੀਰਪੜ੍ਹਦੇਆਂ ਦੇ ਛੱਟੇ ਖਾਂਦੇ ਆ ਕਾਫੀ ਸਮਾਂ ਬੀਤ ਗਿਆ ਫਿਰ ਜੈਲੇ ਨੂੰ ਠੰਡਿਆਈ ਬਣਾਉਣ ਲਈ ਬਦਾਮ ਤੇ ਖੰਡ ਆਦੀ ਦਾ ਸਾਰਾ ਸਮਾਨ ਰੂਪ ਨੇ ਲਿਆ ਕੇ ਦੇ ਦਿੱਤਾ ਜੱਲੇ ਨੇ ਕੁੰਡੇ ਵਿੱਚ ਰਗੜਾ ਪਾ ਦਿੱਤਾ ਰੂਪ ਨੇ ਪਾਣੀ ਦੀ ਬਾਲਟੀ ਮੂੰਹ ਤੱਕ ਭਰ ਕੇ ਬਣਾ ਲਈ ਸਾਰਿਆਂ ਸਰਦਾਈ ਪੀਤੀ ਤੇ ਇੱਕ ਵਾਰੀ ਸਾਰਿਆਂ ਦਾ ਸੜਦਾ ਕਲੇਜਾ ਠਰ ਕੇ ਸ਼ਾਂਤ ਹੋ ਗਿਆ ਦਿਨ ਢਲ ਗਿਆ ਸੀ ਪਰ ਸ਼ਾਮ ਹਲੇ ਦੂਰ ਸੀ ਜੱਲੇ ਨੇ ਸਮਾਂ ਲੰਘਾਣ ਦੀ ਰੀਜ ਨਾਲ ਆਖਿਆ ਆਓ ਯਾਰ ਤਾਂ ਅਸੀਂ ਦੀਆਂ ਦੋ ਬਾਜ਼ੀਆਂ ਲਾਈਏ ਕਰਤਾਰੇ ਜਾਣ ਦੀ ਲੋ ਤੋੜ ਕਰਦਿਆਂ ਹੋਇਆ ਕਿਹਾ ਹੁਣ ਠੰਡਾ ਹੋ ਗਿਆ ਮੈਂ ਪਿੰਡ ਨੂੰ ਜਾਣਾ ਆ ਅੱਜ ਨਹੀਂ ਜਾਣਾ ਸਵੇਰੇ ਠੰਡੇ ਚੱਲਿਆ ਜਾਈ ਰੂਪ ਨੇ ਨਾਂ ਵਿੱਚ ਸਿਰ ਹਿਲਾਇਆ ਹੁਣ ਕਿਹੜਾ ਧੁੱਪ ਹੈ ਅੱਜ ਤਾਂ ਜਾਣਾ ਨਹੀਂ ਜਾਣ ਦੇਣਾ ਹੀ ਨਹੀਂ ਜਗੀਰ ਨੇ ਚੰਗੀ ਤਰ੍ਹਾਂ ਗੱਲ ਠੇਠੀ ਕਰ ਦਿੱਤੀ ਬਸ ਬਸ ਗੱਲ ਟੁੱਟ ਗਈ ਕਾਕੇ ਨੇ ਵਾਹੀ ਤੇ ਸੁਹਾਗਾ ਫੇਰਦਿਆਂ ਕਿਹਾ ਕਰਤਾਰੇ ਦਾ ਵੀ ਭਰੀ ਮਹਿਫਲ ਛੱਡ ਕੇ ਜਾਣ ਨੂੰ ਜੀ ਨਹੀਂ ਸੀ ਕਰਦਾ ਉਹਨੇ ਸਾਰੇ ਸਾਥੀਆਂ ਦੀ ਰਜ਼ਾ ਮੰਨ ਲਈ ਦੁਪੱਟਾ ਵਾਣੇ ਮੰंजे ਤੇ ਸੁੱਟਿਆ ਤੇ ਖੇਡ ਸ਼ੁਰੂ ਹੋ ਗਈ ਦੱਸੋ begi ਕੁੱਟ ਕੇ ਸਰਵਾ ਮੰਨਣ ਜੈਲੋਂ ਨੇ ਤਾਂ ਸ਼ਰ ਲਾਉਂਦਿਆਂ ਪੁੱਛਿਆ ਰੂਪ ਨੇ ਜ਼ਗੀਰ ਆੜੀ ਤੇ ਕਾਕਾ ਤੇ ਜੈਲੋ ਜੁੱਟ ਬਣ ਗਏ ਬਾਕੀ ਪਾਸੇ ਵੇਖਣ ਵਾਲੇ ਉੱਲਰ ਪਏ ਪਹਿਲੀ ਵਾਰ ਹੀ ਰੂਪ ਹੋਰਾਂ ਦੀਆਂ ਦੋ ਸਰਾਂ ਵੱਧ ਗਈਆਂ ਤੇ ਤਿੰਨ ਪੱਤਿਆਂ ਦੀ ਜਿੱਤ ਹੋ ਗਈ ਲੈ ਮੱਛਰਿਆ ਫਿਰਦਾ ਸੀ ਹੁਣੇ ਤੇਰੀ ਲਾ ਦੰਨੇ ਆ ਜ਼ਗੀਰ ਨੇ ਕੈਂਚੀ ਕਾਟਵੀਂ ਦਾੜੀ ਖੁਰਕੀ ਅਜੇ ਹੁਣੇ ਕੀ ਹੋ ਗਿਆ ਤੂੰ ਧੰਮਾ ਦਾ ਲਾ ਅਸੀਂ ਥੋੜੀ 베ਗੀ ਫੜਨੀ ਐ 베ਗੀ 베ਗੀ ਦਾ ਗਲਣਾ ਫੜਨੀ ਕਿਤੇ ਜ਼ਗੀਰ ਹੋਰੀ ਜਿੱਤਦੇ ਹੀ ਗਏ ਇੱਥੋਂ ਤੱਕ ਕਿ ਉਹ ਨੌ ਪੱਤਿਆਂ ਦੇ ਜੇਤੂ ਹੋ ਗਏ ਤੇ ਐਤ ਕੀ ਰੰਗ ਵੀ ਹੁਕਮ ਆ ਗਿਆ ਲੈ ਐਤ ਦੀ ਸੁੱਕੀ ਬਾਜੀ ਕਰਨੀ ਹੈ ਜਰ ਲਿਓ ਥੋੜਾ ਜ਼ਗੀਰ ਨੇ ਉਹਨਾਂ ਨੂੰ ਲਲਕਾਰਿਆ ਕਾਕਾ ਮਿੰਨਾ ਮੁਸਕਰਾ ਕੇ ਚੁੱਪ ਕਰ ਗਿਆ ਪਹਿਲੀ ਸਰ ਖੇਡਦਿਆਂ ਹੀ ਰੂਪ ਹੋਰਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਕਾਟ ਰਲ ਗਈ ਕਾਟ ਇੱਕ ਹੋ ਜਾਣ ਕਰਕੇ ਜੈਲੋ ਦੋ ਸਰਾਂ ਲੈ ਗਿਆ ਐਤ ਕਿਨਾ ਅਗਲੀ ਵਾਰ ਬਾਜੀ ਹੋ ਜੂ ਜ਼ਗੀਰ ਨੇ ਟੁੱਟਦੀ ਸਰਾਂ ਦੇਖ ਕੇ ਜੈਲੋ ਨੂੰ ਆਖਿਆ ਅਗਲੀ ਵਾਰ ਅਗਲੀ ਵਾਰ ਸਹੀ ਜਗੀਰ ਨੇ ਪਾਨ ਦੀ ਸਰ ਤੋਰੀ ਤੇ ਰੂਪ ਨੇ ਉਸ ਉੱਤੇ ਹੁਕਮ ਦੀ ਬੇਗਮ ਲਾਤੀ ਕਾਕਾ ਹੁਕਮੋਂ ਪਹਿਲਾਂ ਹੀ ਕੱਟੂ ਸੀ ਉਸਨੇ ਬੇਗਮ ਤੇ ਡੱਬ ਕੱਢ ਮਾਰੇ ਆ ਤੇ ਪੱਤੇ ਸੁੱਟ ਦਿੱਤੇ ਤਾੜੀ ਵੱਜ ਗਈ ਤੇ ਰੂਪ ਬੇਗਮ ਫੜਾ ਕੇ ਢਿੱਲਾ ਜਿਹਾ ਹੋ ਗਿਆ ਖੇਡ ਮੁੜ ਸਾਂ ਵੀ ਹੋ ਗਈ ਤੇ ਹਾਰੂ ਜਿੱਤਣ ਵੀ ਲੱਗ ਪਏ ਲੋ ਤੁਹਾਨੂੰ ਗੋਡਿਆਂ ਪਰਨੇ ਸੁੱਟਣਾ ਤਕੜੇ ਹੋ ਜੋ ਕਾਕੇ ਨੇ ਚੰਗਰਦਿਆਂ ਕਿਹਾ ਤੇਰੇ ਹੁਣ ਕੀ ਵਾਸਾ ਹੈ 베ਗੀ ਜੋ ਹੱਥ ਲੱਗ ਗਈ ਅਖੀਰ ਰੂਪ ਦੀ ਖੇਡ ਹਾਰ ਦੀ ਹਾਰ ਦੀ ਹਾਰੀ ਗਈ ਅਸੀਂ ਤਾਂ ਬਾਜੀ ਜਿੱਤ ਦੀ ਸ਼ਰਾਬ ਪੀਣੀ ਐ ਕਾਕੇ ਨੇ ਜਿੱਤ ਦੀ ਖੁਸ਼ੀ ਚ ਪੱਟ ਤੇ ਹੱਥ ਮਾਰਿਆ ਸ਼ਰਾਬ ਲਾਈ ਵੀ ਸੀ ਸਾਲਿਆ ਬਠਲੀ ਸਿਰਿਆ ਜਗੀਰ ਨੇ ਥੋੜੀ ਸ਼ਰਮ ਅਨੁਭਵ ਕਰਦੇ ਆ ਕਿਹਾ ਵੱਡੇ ਖਿਡਾਰੀ ਬਣਦੇ ਫਿਰਦੇ ਸੀ ਚੱਖਾ ਮੱਖੀ ਕਰਦੇ ਆ ਆਥਣ ਹੋ ਗਿਆ ਪੀਣ ਦਾ ਪ੍ਰੋਗਰਾਮ ਉਹਨਾਂ ਨੇ ਪਹਿਲਾਂ ਹੀ ਤੈਅ ਕਰ ਛੱਡਿਆ ਸੀ ਵੇੜਾ ਛੜਕ ਕੇ ਠੰਡਾ ਕੀਤਾ ਤੇ ਦੌਰ ਸ਼ੁਰੂ ਹੋ ਗਈ ਕਾਕੇ ਨੇ ਮੁਰਗਾ ਮਾਰ ਕੇ ਬਣਾ ਲਿਆਂਦਾ ਜੈਲੋਂ ਨੂੰ ਰਸੋਈ ਦਾ ਕਾਰ ਮੁਖਤਿਆਰ ਬਣਾ ਦਿੱਤਾ ਤੇ ਮੁਰਗਾ ਤੜਕੇ ਵਾਲੇ ਮਸਾਲੇ 'ਚ ਰਿਜਣ ਲੱਗਾ ਸ਼ਰਾਬ ਦੀ ਤਿੱਖੀ ਬੋ ਅਤੇ ਮੁਰਗੇ ਦੇ ਮਸਾਲੇ ਦੀ ਸੌਂਦੀ ਸੌਂਦੀ ਖੁਸ਼ਬੋ ਉਠ ਉਠ ਆਂਡ ਗਵਾਣ ਦੀਆਂ ਨਾਸਾਂ ਫੜਕਾਰ ਰਹੀਆਂ ਸਨ ਬਚਨੋ ਛੱਟਪਟ ਪਿੱਛੋਂ ਰਾਜੀ ਦੇ ਘਰ ਵਿੱਚ ਦੀ ਕੁਸਨੋਈਆਂ ਲੈੰਦੀ ਪਰ ਬੋਤਲ ਨਾਲ ਕੱਚ ਦੀ ਗਲਾਸੀ ਦਾ ਟਕਰਾਅ ਤੇ ਹਾਸੇ ਦੀ ਛਣਕਾਰ bina ਉਸ ਨੂੰ ਕੁਝ ਨਾ ਸੁਣਦਾ ਉਧਰ ਪੈਗ ਤੇ ਪੈਗ ਖਤਮ ਹੋ ਰਹੇ ਸਨ ਨਸ਼ੇ ਦੀ ਤਲਖੀ ਲਹੂ ਦੀ ਰੋਹ ਤੇਜ ਕਰ ਰਹੀ ਸੀ ਚਿਹਰੇ ਤੇ ਪ੍ਰਸੰਨ ਲਾਲੀ ਦਾ ਜਲਾਲ ਉੱਲਰ-ਉੱਲਰ ਪੈਂਦਾ ਮੁਰਗੇ ਨੂੰ ਜਦ ਰਾੜਾ ਲੱਗਾ ਤਦ ਉਹਨਾਂ ਨੇ ਸ਼ਰਾਬ ਨਾਲ ਸੈਂਖੀਆਂ ਖਾਣੀਆਂ ਆਰੰਭ ਕਰ ਦਿੱਤੀਆਂ ਜਦ ਠੇਕੇ ਦੀ ਬੋਤਲ ਮੁੱਕ ਗਈ ਤਾਂ ਰੂੜੀ ਮਾਰਕਾ ਸ਼ੁਰੂ ਹੋ ਗਈ ਰੂਪ ਨੇ ਬੋਤਲ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਹਿਲਾਇਆ ਬੋਤਲ ਦੇ ਗਲ ਤੇ ਝੰਗ ਦੀ ਕੰਗਣੀ ਵੱਜ ਗਈ ਜਿਹੜੀ ਨਸ਼ੇ ਦੇ ਵਧਿਆ ਹੋਣ ਦਾ ਸਬੂਤ ਸੀ ਹਵਾ ਦੇ ਸੁਖਮ ਦਾਣੇ ਤਰਦੇ ਵੇਖ ਕੇ ਜ਼ਗੀਰ ਨੇ ਸੁਭਾਵਕ ਆਖਿਆ ਆਹ ਨਸ਼ੇ ਵਾਲਾ ਤਾਂ ਅੰਤ ਨਹੀਂ ਪੱਠੇ ਪੌਣਾਈ ਰੁਲਦੂ ਸਿਰੀ ਨੂੰ ਵੀ ਰੂਪ ਨੇ ਪਿਆਉਣੀ ਸ਼ੁਰੂ ਕਰ ਦਿੱਤੀ ਤੇ ਮਹਿਫਲ ਦਾ ਰੰਗ ਵੱਧਦਾ ਹੀ ਗਿਆ ਰੁਲਦੂ ਨੇ ਆਪਣੀ ਸਾਲੀ ਨਾਲ ਮੁਹੱਬਤ ਦੀ ਵਾਰਤਾ ਸੁਣਾ ਕੇ ਦਿਲ ਦਾ ਸਰੂਰ ਹੋਰ ਵਧਾ ਦਿੱਤਾ ਸ਼ਰਾਬ ਪਿੰਦਿਆਂ ਤੇ ਬੇਤੁਕੀਆਂ ਗੱਲਾਂ ਨਾਲ ਉਹਨਾਂ ਨੇ ਅੱਧੀ ਰਾਤ ਕਰ ਦਿੱਤੀ ਵੱਧਦੇ ਨਸ਼ੇ ਦੀ ਲੋਰ ਵਿੱਚ ਉਹਨਾਂ ਨੂੰ ਨੀਂਦ ਨੇ ਦਿਵਾ ਲਿਆ ਤੇ ਉਹਨਾਂ ਤੋਂ ਪਵੰਦ ਸਰਾਣੇ ਪਈ ਬਿਸਤਰੇ ਵੀਨਾ ਬਿਛਾਏ ਗਏ ਕੱਚਾ ਬਾਜਰਾ ਤਿਲਾਂ ਦੀ ਮੁੱਠ ਗਰਮੀ ਨੱਚਾ ਬਚਬੋਰੀਏ ਇਸ ਪਾਰ ਚੇਨਈ ਮਿਲਦੇ ਆਂ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ